bom. کافی مجمع صلوات ہک پڑھو سارے با جماعت ہک پڑھو اللہ اعوذ باللہ من الشیطان اللین الرجیم بسم اللہ الرحمن الرحیم صلوات وبه نستعين وصلى الله على محمد محمد وآل محمد سونی صلوات رب شرح لی صدری و یسر لی امری وحل العقدۃ من لسانی یفقہ قولی بے حق لسان صدقان علی سونی صلوات وصلات وسلام والا سیادات جلیلت المخدومت المحرومہ جڑی اجائی زخمی ان حق میرا سے ابھی ہے وہ قسمت والیاں بھینا کو بسم اللہ کرم جڑے مکانی عددار ٹرائن جنند لج قبر حسین میں پیادا ہے وہ قسمت والیاں بھینا کو ہوندا شہر نصیب بھرادا ذرا خیال تکار بہن دور وسے باوان ہویا یون دی ماد تھوڑے بندے آئے کی تی ہر چہرے تے میری نگاہ آئے دو جیواری دے ورپا کھڑی ماد کبر تے آئی ویتا کرن دے بعد بھراواں دے بندر وازیاں تے نگاہ پے گئی اس کوئی وے لیاد آیا علی دی 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 آنکھاں وسدیاں پیاں اینا کربلا دے پاس بھائی ودا کے آدھ کھڑی ہے ہائے وہ قسمت والیاں بھینا کوہوں دا شاعر نصیب بھرادا ذرا خیال تا کاربوں دور وسے باوان ہویا یون دی مادہ بی بی آدھے کوئی کافلہ مائے والا ہائے وہ بھیج دویں پیاں آدھی پیوں دکھی آدھا وہ تیڑے ظاہرہ تم میں پوچھ گن ساوا کی میں وسدہ چاند حراد بسم اللہ کرنا ہو کر میرے دلے وین اگلا سنا ہوں اللہ دی پاک کتاب جو نبی اجر رسالت منگے میرا دلے میں تنوں دساں نبی جو منگے ہے تو مسلمانہ کیویں دتا ہے جس دل وچ قبر حسین او بندہ ہے نہ کرے ہو نہیں سکدا
ਵਤਨ ਵਾਲਿਓ ਮੈਂ ਪਿਆਦਾ ਮੇਰੀ ਸੈਣ ਕੁਆਜਰ ਰਸਾਲਤ ਦਾ ਕੀਤਾ ਇੰਜਦਾ ਮਾਤਾ ਦਾ ਏ ਵਾ ਬੇਸਾਖ ਤਾਤ ਹੈ ਵਾ ਬੀਬੀ ਦੇ ਵੋ ਗਏ ਪਹਿਲੂ ਪਾਕ ਤੇ ਆਏ ਰੋਣਾ ਹੀ ਦਸਰ ਜਾਵੇ ਮੈਂ ਪਿਆਦਾ ਬਹੁ ਦੇਰ ਮੁਸਲਸਲ ਹਾਏ ਵਾ ਆਖਿਰ ਆਖ ਕੇ ਚੁੱਪ ਕਰ ਗਈ ਵਾ ਹਾਏ ਹਾਏ ਅੱਬਾਸ ਬਿਰਾਏ ਬਸ ਇਤਨਾ ਬੜਾ ਹਰ ਅੱਖ ਵਸ ਪਈ ਹੈ ਦੁਆ ਮੰਗੀ ਕਰ ਮੈਂ ਕੱਲ ਹੀ ਆਖਿਆ ਜੀ ਕਿ ਛਲ ਕਈ ਬਹਿਣ ਦੇ ਮਾਣ ਨਾ ਮੁੱਕੇ ਥੋੜਾ ਪੜ੍ਹਨਾ ਅਜ਼ਾਦਾਰ ਉਹ ਹੁੰਦਾ ਤੇਰੇ ਛੇਵੇਂ ਇਮਾਮ ਤੋਂ ਕਿ ਪੁੱਛਿਆ ਮੌਲਾ ਸਾਡੇ ਸ਼ੀਆ ਦੀ ਪਹਿਚਾਣ ਕੀ ਮੌਲਾ ਫਰਮਾਇਆ ਉਹਦੇ ਸਾਹਮਣੇ ਸਾਡੇ ਜਦ ਦਾ ਨਾਂ ਆਵੇ ਨਾ ਉਹਦੀਆਂ ਅੱਖਾਂ ਦੱਸਦੀਆਂ ਨੇ ਉਹ ਸਾਡੇ ਮੰਨਣ ਵਾਲੇ ਫਿਰ ਦਿਲ ਹੋਵੇ ਤਾਂ ਤੂੰ ਸੱਜੇ ਖੱਬੇ ਵੇਖ ਫਿਰ ਦਿਲ ਹੋਵੇ ਤਾਂ ਆਪਣੀ ਮਰਜ਼ੀ ਦਾ ਆਖਰ ਸੁਣ ਮਗਰ ਮੈਂ ਜ਼ਿਕਰ ਉਹਦਾ ਪਿਆ ਕਰੇ ਨਾ ਜਿਹਨੂੰ ਬਹਿਣਾ ਨਹੀਂ ਰੁਣੀਆਂ ਮੁਲਤਾਨਾ ਲਿਓ ਅਗਰ ਬਹਿਣਾ ਰੋ ਪਵੇ ਨਾ ਨਾ ਤੈਨੂੰ ਮੈਨੂੰ ਰੋਵਣ ਦੀ ਜ਼ਰੂਰਤ ਨਾ ਪੇਸ਼ ਆਵੇ ਆ 1600 ਮੀਲ ਦੇ ਸਫ਼ਰ 'ਚ ਵਹਿਣ ਤਾਂ ਇੱਕੋ ਕਰੇਂਦੀ ਆ ਸਜਾਦ ਅਗਰ ਵਿਹਲਾ ਮਿਲਦਾ ਨਾ ਮੈਂ ਜ਼ਮਾਨੇ ਨੂੰ ਦੱਸਾਂ ਹਾਂ ਭਰਾਵਾਂ ਨੂੰ ਬਹਿਣਾ ਰੋਂਦੀਆਂ ਕਿਵੇਂ ਦੋ ਬੀਬੀਆਂ ਅੱਲਾਹ ਦੀ ਕਾਇਨਾਤ 'ਚ ਐਸੀਆਂ ਗੁਜ਼ਰੀਆਂ ਮੁਲਤਾਨ ਵਾਲਿਓ ਜਿਹਨਾਂ ਦਾ ਮੁਕੱਦਰ ਬੜਾ ਅਜੀਬ ਹੈ ਪਿੰਨਣਾ ਤਾਂ ਆਪ ਹੀ ਜ਼ਾਕਿਰ ਦਾ ਕੰਮ ਹੁੰਦਾ ਮੋਮਿਨ ਨੂੰ ਮੰਗਣ ਦਾ ਵੱਲ ਸਿਖਾ ਜਾਵੇ ਆ ਮੈਂ ਤੇਰੇ ਅੱਗੋਂ ਹੱਥ ਜੋੜਾਂ ਅਤੇ ਤੇਰੀ ਮਿੰਨਤ ਕਰਾਂ ਅਤੇ ਤੂੰ ਰੋ ਹੀ ਪਵੇਂ ਤਾਂ ਮੈਨੂੰ ਕੋਈ ਫਾਇਦਾ ਨਹੀਂ ਤੇਰੇ ਰੋਵਣ ਦੀ ਉਸ ਨੂੰ ਜ਼ਰੂਰਤ ਹੈ ਜਿਹਦਾ ਪਾਸਾ ਜ਼ਖਮੀ ਹੈ ਬਸ ਇਤਨਾ ਯਾਦ ਰੱਖਿਆ ਮੇਰੇ ਬਾਅਦ ਮੌਲਾ ਦੇ ਬਿਹਤਰੀਨ ਜ਼ਾਕਿਰ ਤਸ਼ਰੀਫ ਫਰਮਾਏ ਮੈਂ ਜ਼ਿਆਦਾ ਪੜ੍ਹਨਾ ਹੀ ਨਹੀਂ ਮੈਂ ਕਿਹਾ ਦੋ ਬੀਬੀਆਂ ਐਸੀਆਂ ਗੁਜ਼ਰੀਆਂ ਜਿਹਨਾਂ ਦਾ ਮੁਕੱਦਰ ਬੜਾ ਅਜੀਬ ਆਈ ਪਹਿਲੀ ਬੀਬੀ ਜਿਹਦਾ ਮੁਕੱਦਰ ਬੜਾ ਅਜੀਬ ਆਈ ਮੁਲਤਾਨ ਵਾਲੇ ਆ ਉਹ ਹੁਸੈਨ ਦੀ ਜ਼ਖਮੀ ਮਾਂ ਹੈ ਪਹਿਲੀ ਦਫ਼ਾ ਮੈਨੂੰ ਅਰਮਾਨ ਲੱਗਿਆ ਮੈਂ ਆਖਿਆ ਹੁਸੈਨ ਦੀ ਮਾਂ ਜ਼ਖਮੀ ਆਈ ਅਤੇ ਕੁਝ ਬੰਦੇ ਹੈ ਨਹੀਂ ਕਰ ਸਕਦੇ ਬਤੂਲ ਨੂੰ ਦਫ਼ਨ ਕਰਨ ਦੇ ਬਾਅਦ ਨਾ ਚਾਚਾ ਕਦੀਮੀ ਅਜ਼ਾਦਾਰ ਉਹ ਹੁਸੈਨ ਦੀ ਅੰਮਾ ਤੁਹਾਨੂੰ ਸ਼ਿਫਾ ਦੇਵੇ ਦਫ਼ਨ ਕਰਨ ਦੇ ਬਾਅਦ ਇਸ ਰੰਗ ਨਾਲ ਅਲੀ ਬਾਦਸ਼ਾਹ ਹੱਥ ਮੱਲੇ ਨਾ ਇੱਕ ਦਿਨ ਸਲਮਾਨ ਕਦਮਾਂ 'ਤੇ ਹੱਥ ਲਏ ਮੌਲਾ ਇਤਨਾ ਬੜਾ ਬਹਾਦਰ ਹੈ ਮੌਲਾ ਬਤੂਲ ਨੂੰ ਦਫ਼ਨ ਕਰਨ ਦੇ ਬਾਅਦ ਇਹ ਅਫਸੋਸ ਦੇ ਹੱਥ ਕਿਉਂ ਮੱਲੇਂਦੇ ਹੋ ਰੋ ਕੇ ਫਰਮਾਇਆ ਸਲਮਾਨ ਕਿਵੇਂ ਨਾ ਮੱਲਾਂ ਇਹ ਹੱਥ ਹੀ ਮੌਜੂਦ ਹਨ ਮੈਂ ਬਤੂਲ ਛੁੜਾ ਨਹੀਂ ਸਕਿਆ ਸਦਕਾ ਕੋਸ਼ਿਸ਼ ਕਰੇ ਮਈ ਜਿਹੜੇ ਅਜ਼ਾਦਾਰ ਕੋਲ ਆਏ ਮਈ ਅਜ਼ਾਦਾਰਾਂ ਨਾਲ ਗੱਲੇ ਪਈ ਮਾਤਮੀਆਂ ਨਾਲ ਗੱਲੇ ਨੌਕਰਾਂ ਇਹ ਹੱਥ ਵੀ ਮੌਜੂਦ ਹਨ ਸਲਮਾਨ ਮੈਂ ਅਲੀ ਦੀ ਗੁਰਬਤ ਵੇਖ ਮੈਂ ਬਤੂਲ ਛੁੜਾ ਨਹੀਂ ਸਕਿਆ ਸਲਮਾਨ ਮੈਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਮੈਂ ਦਫ਼ਨ ਕਰਨ ਲੱਗਾ ਨਾ ਮੈਨੂੰ ਆਦੀ ਖਿਆਲ ਨਾਲ ਦਫਨਾਵੇਂ ਯਾ ਅਲੀ ਦੱਸਿਆ ਨਹੀਂ ਮੇਰੀਆਂ ਤ੍ਰੈ ਪਸਲੀਆਂ ਦਰੁੱਟ ਗਈਆਂ ਅਲਮਾਨ ਕਰਾਂ ਅਲਮਾਨ ਕਰਾਂ ਸਦਕੇ ਹਾਏ ਕਰਨ ਵਾਲੇ ਮੈਂ ਆਖਿਆ ਦੋ ਬੀਬੀਆਂ ਐਸੀਆਂ ਗੁਜ਼ਰੀਆਂ ਜਿਹਨਾਂ ਦਾ ਮੁਕੱਦਰ ਬੜਾ ਅਜੀਬ ਆਈ ਪਹਿਲੀ ਬੀਬੀ ਜਿਹਦਾ ਮੁਕੱਦਰ ਅਜੀਬ ਆਈ ਉਹ ਹੁਸੈਨ ਦੀ ਜ਼ਖਮੀ ਮਾਂ ਆਈ ਚੱਜ ਸਵਾਲ ਪੈਦਾ ਹੁੰਦਾ ਮੈਂ ਆਖਿਆ ਮੁਕੱਦਰ ਅਜੀਬ ਆਈ ਅਤੇ ਮੁਕੱਦਰ ਕਿਉਂ ਅਜੀਬ ਆਈ ਮੁਲਤਾਨ ਵਾਲਿਆਂ ਮੁਕੱਦਰ ਇਸ ਵਾਸਤੇ ਅਜੀਬ ਹੈ ਜੋ ਇਸ ਬੀਬੀ ਦਾ ਭਰਾ ਕੋਈ ਨਹੀਂ ਮੁਕੱਦਰ ਤਾਂ ਅਜੀਬ ਜੇ ਹੈ ਕਰ ਸਕੋ ਤਾਂ ਜੁਮਰਾ ਤੇਰੇ ਮਾਤਮ ਦਾ ਜਿਹਦਾ ਭਰਾ ਕੋਈ ਨਹੀਂ ਮੁਸਲਮਾਨ ਉਹਨੂੰ ਘਰ 'ਚ ਆ ਕੇ ਮਾਰਿਆ ਦੂਜੀ ਬੀਬੀ ਜਿਹਦਾ ਮੁਕੱਦਰ ਬੜਾ ਅਜੀਬ ਆਈ ਉਹ ਹੁਸੈਨ ਦੀ ਜ਼ਖਮੀ ਭੇਣ ਆਈ ਭਰਾ ਤਾਂ ਇਸ ਦੇ 18 ਹੈ ਅੱਜ ਵੀ ਦਸਤੂਰ ਜ਼ਮਾਨੇ 7 ਬਹਿਣਾ ਹੋਵੇ ਨਾ ਤੇ ਇੱਕ ਭਰਾ ਹੋਵੇ
ਭਾਵੇਂ ਗਰੀਬ ਹੋਵੇ। ਚਾਚਾ ਮਿੰਬਰ ਦੀ ਕਸਮ ਹੈ, ਭੈਣਾ ਉਸਨੂੰ ਬਾਦਸ਼ਾਹ ਛੱਡੇ ਇੰਜ ਗੱਲ ਹੈ ਨਾ। ਹਰ ਚਿਹਰੇ ਤੇ ਮੇਰੀ ਨਿਗਾਹ, ਜਿਹੜਾ ਬੰਦਾ ਹੈ ਨਾ ਕਰ ਸਕੇ ਉਹ ਜਾਣੇ ਤੇ ਬਤਾਲੀ ਦੀਆਂ ਦੀਆਂ ਲਿਆਉਣੇ। 1400 ਸਾਲ ਬਾਅਦ ਵੀ ਤੈਨੂੰ ਇਤਨਾ ਸ਼ਊਰ ਤਹੇ ਨਾ, ਇੱਕ ਫੇਰਾ ਹੋਵੇ ਤੇ ਭੈਣਾ ਕੀਤੇ ਬਾਦਸ਼ਾਹ ਹੁੰਦੇ, ਕਦੇ ਸੋਚਿਆ ਹੀ ਜਾਂਦੀ ਕਤਾਰ ਫੇਰਾਵਾਂ ਦੀ ਹੋਵੇ। ਜਿਹਦੇ ਮੁਕੱਦਰ ਕਿਉਂ ਅਜੀਬ ਹੈ, ਜਿਹਦੇ ਫੇਰਾ 18 ਹੈ, ਮੁਸਲਮਾਨਾਂ ਬਾਜ਼ਾਰ ਚ ਮਾਰੇ ਹੈ, ਕਿਤਨਾ ਮਾਰੇ ਨੇ ਮੈਂ ਨਹੀਂ ਜਾਣਦਾ। ਇਤਨਾ ਯਾਦ ਰੱਖੇ ਜਿੱਦਾਂ ਵਤਨ ਤੇ ਵੱਲ ਲਈਏ ਨਾ, ਨਾਨੇ ਦੀ ਮਜ਼ਾਰ ਤੇ ਭਰਾ ਦਾ ਜ਼ਖਮੀ ਕਮੀਜ਼ ਰੱਖੇਸ, ਨਬੀ ਦੀ ਮਜ਼ਾਰ ਹਲਾ ਵੇਖਾ ਗਈ ਹੈ, ਕਬਰ ਤੇ ਮੱਥਾ ਲਾ ਕੇ ਜੇ ਨਾਨਾ ਇਹ ਦਿਨ ਦਾ ਵਕਤ ਹੈ ਨਾ ਤਾਂ ਮੈਂ ਤੈਨੂੰ ਪੁੱਤਰ ਦੀ ਕਮੀਜ਼ ਵਿਖਾਈਏ। ਨਾਨਾ ਤੈਂ ਬਰਦਾਸ਼ਤ ਨਹੀਂ ਕੀਤਾ, ਜ਼ਰਾ ਕਬਰ ਚ ਬੈਰਾ ਇਨਸਾਫ ਤਾਂ ਕਰਨਾ, ਤੇਰੇ ਪੁੱਤਰਾਂ ਨੂੰ ਢੇਰ ਮਾਰਿਆ ਨੇ ਜਾਂ ਤੇਰੀਆਂ ਧੀਆਂ ਨੂੰ ਢੇਰ ਮਾਰਿਆ ਨੇ। ਅਲਹਮਦੁਲਿਲਾ ਅਲਹਮਦੁਲਿਲਾ, ਯਕੀਨਨ ਮੁਕਾਨ ਹੋ ਗਈ। ਬਸ ਇਹਦਾ ਤਾਲੇ ਮੈਂ ਦੂਜੀ ਵਾਰੀ ਜ਼ੇਵਰ ਪਾ ਖੜੀ, ਜ਼ੇਵਰ ਪਾ ਕੇ ਬਸ ਬੈਣ ਕਰਾਂ, ਸ਼ਾਮ ਦੇ ਬਾਹਰੋਂ ਆ ਖੜੀ। ਮੈਂ ਕਿਹਾ ਸ਼ਾਮ ਦੇ ਬਾਹਰੋਂ ਆ ਖੜੀਏ, ਤੇਰੀ ਮਰਜ਼ੀ ਆਈ ਤੇ ਤੂੰ ਰੋਜ਼ ਜੋ ਸੁਣਦਾ ਤੇ ਚੁੱਪ ਕਰ ਗਈ ਹੈ। ਤੇਰੇ ਸਾਦਿਕ ਇਮਾਮ ਦਾ ਫਰਮਾਨ ਹੈ, ਸਾਡੇ ਮੰਨਣ ਵਾਲਾ ਕਰਬਲਾ ਭੁੱਲ ਜਾਵੇ, ਮਦੀਨਾ ਭੁੱਲ ਜਾਵੇ, ਬਾਜ਼ਾਰ ਭੁੱਲ ਜਾਵੇ, ਮਗਰ ਮੈਂ ਇਮਾਮ ਹੋ ਕੇ ਮਿੰਨਤ ਪਿਆ ਕਰਦਾ, ਸਾਡੇ ਮੰਨਣ ਵਾਲਾ ਕਦੇ ਹੀ ਸ਼ਾਮ ਨਾ ਭੁੱਲੇ। ਇਸ ਸ਼ਾਮ ਅਲੀ ਦੀਆਂ ਧੀਆਂ ਨੂੰ ਬਹੁ ਰਵਾਇਆ, ਇਸ ਸ਼ਾਮ ਦੇ ਬਾਹਰੋਂ ਆਖੜੀਏ, ਅੱਖਾਂ ਇੱਜ਼ਤ ਵਾਲਿਓ ਅਲੀ ਦੀ ਧੀ ਦੀਆਂ ਵਸਦੀਆਂ ਪਈਆਂ, ਦਾਈ ਦੀ ਨਿਗਾਹ ਜੋ ਪਈ ਹੈ ਨਾ ਉਹ ਬਾਹਲੇ ਕਦਮ ਚਾਹ ਕੇ ਟੁੱਟ ਪਈਏ, ਧੀ ਦੇ ਸਾਹਮਣੇ ਆ ਖੜੀਏ, ਵੇਖਿਆ ਜੇ ਬਚਣਾ ਡਸਾ ਰੋਂਦੀ ਕਿਉਂ ਹੈ, ਅੰਮਾ ਕੋਈ ਵੇਲਾ ਯਾਦ ਆਇਆ ਏ, ਬਚੜਾ ਕਿਹੜਾ ਵੇਲਾ ਯਾਦ ਆਇਆ, ਅੰਮਾ ਜਾਣਦੀ ਏ ਜਦਾਂ ਮੈਂ ਅੱਗੇ ਸ਼ਾਮ ਆਈ ਆਇਮ, ਅੰਮਾ ਜਿਹੜਾ ਸਾਹਮਣੇ ਬਾਗ ਪਿਆ ਨਜ਼ਰ ਦਾ, ਇਸ ਬਾਗ ਚ ਇੱਕ ਤਗਰ ਨਾਮੀ ਦਰਖਤ ਆ ਜਦ ਨਾਲ ਮੇਰੇ ਫਿਰਾਂ ਦੀ ਸਾਂਗ ਖੜਾਈਆ ਨੇ, ਅੰਮਾ ਮਿੰਨਤ ਲਾ ਲਗੀ ਵਾਂਝ ਪਤਾ ਕਰ, ਅਗਰ ਦਰਖਤ ਮੌਜੂਦ ਹੈ ਮੈਂ ਫਿਰਾਂ ਨੂੰ ਮਿਲਦੀ ਹਾਂ। ਇੱਜ਼ਤਾਂ ਲਿਆਉਂਦਾ ਹੀ ਟੁਰ ਪਈਏ, ਉਹ ਬਾਹਲੇ ਕਦਮ ਚਾ ਕੇ ਵਾਪਸ ਵੱਲੀਏ, ਦਾਈ ਦੀਆਂ ਅੱਖਾਂ ਵਸਦੀਆਂ ਪਈਆਂ ਹੈ ਨਾ, ਮਾਂ ਦੇ ਪਾਸ ਵੇਖਿਆ ਜੀ ਅੰਮਾ ਤੇਰਾ ਰੋਵਣ ਦੱਸਦਾ ਹੈ, ਮੁਸਲਮਾਨ ਦਰਖਤ ਕੱਟ ਛੋੜਾ ਹੈ, ਨਹੀਂ ਬਚੜਾ ਵਤ ਰੋਂਦੀ ਕਿਉਂ ਹੈ, ਬਚੜਾ ਡਸਾਵਾਂ ਜਿਹੜੇ ਤੇਰੇ ਫਿਰਾਂ ਦਾ ਮੌਜ ਲਵੇ ਖਾਈਆਂ, ਬਚੜਾ ਦਰਖਤ ਮੌਜੂਦ ਹੈ, ਹਰ ਪੱਤੇ ਜੁੱਤਾਂ ਦਾ ਖੂਨ ਵੀ ਅਡਾਉਂਦਾ ਹੈ, ਕਈ ਸਫੈਦ ਰੰਗ ਦੇ ਪਰਿੰਦੇ ਨੇ ਜਿਹੜੇ ਪਰ ਮਸ ਕਰੇਂਦੇ ਨੇ, ਦਰਖਤ ਦਾ ਤਵਾਫ ਵਧੇ ਕਰੇਂਦੇ ਨੇ, ਬਚੜਾ ਕੇ ਡਸਾਵਾਂ ਪਰਵਾਦ ਕਰੇਂਦੇ ਨੇ, ਵੱਤ ਗਰਦਨਾਂ ਚ ਗਰਦਾਂ ਪੈਂਦੇ ਨੇ, ਮਿੱਟੀਆਂ ਤੇ ਜਲ ਵੈਂਦੇ ਨੇ, ਹਾਏ ਹੁਸੈਨ ਆ ਕੇ ਮਰਦੇ ਵੈਂਦੇ ਨੇ। ਇੱਜ਼ਤ ਵਾਲਿਓ ਬਾਹਲੇ ਕਦਮ ਚਾ ਕੇ ਟੁਰ ਪਈਏ, ਜਦੋਂ ਦਰਖਤ ਨੇੜੇ ਆਈਏ ਦਵੇ ਬਾਈ ਸਰ ਤੇ ਰੱਖ ਕੇ ਆ ਜੇ, ਹੁਸੈਨ ਪੱਖੀ ਮਰਦੇ ਵੈਂਦੇ ਨੇ, ਮੈਂ ਅਜਾ ਜੀਂਦੀ ਆ। ਮਿੰਬਰ ਹੁਸੈਨ ਦੀ ਕਸਮ ਹੈ, ਅਜਾ ਗੱਲ ਨਹੀਂ ਮੁੱਕੀ, ਯਾਜਰੇ ਰਿਸਾਲਤ ਮਿਲਾ ਏ, ਮਿੱਟੀ ਤੇ ਜਣ ਪਈਏ, ਦਾਈ ਦੀ ਆਵਾਜ਼ ਪਜਾਂਦੀ ਹੈ, ਸਜਾਦ ਭਾਜਾ ਮਾਂ ਮਰਨ ਵਾਲੀ ਹੈ, ਸਜਾਦ ਸਰ ਝੋਲੀ ਚ ਪਾਏ ਹੋਇਆ ਆ, ਦਬੇਠਾ ਮਾਂ ਵਤਨ ਤੇ ਮਰਿਆ, ਤੇਰੇ ਮਰਨ ਦੇ ਮੁੱਲ ਪਵੇ ਨਾ, ਬੰਦਾ ਕਿਹੜਾ ਯਾਰ ਜਿਹੜਾ ਮਾਤਮ ਨਹੀਂ ਕਰੇ ਨਾ, ਖਤਮ ਹੋ ਗਈ ਮਜਲੇ ਸਰੂਪ ਬਰਬਾਦ ਕਰ ਗਈ ਹੈ, ਇੱਜ਼ਤ ਵਾਲਿਓ ਗੁਸਲ ਮਿਲ ਗਈ ਹੈ, ਘਰ ਨਹੀਂ ਜਿਹਨੂੰ ਮੌਤ ਨਹੀਂ ਰਵਾਇਆ, ਜਿਤਨੇ ਅਜ਼ਾਦਾਰੋ ਦੱਸਿਆ ਹੈ ਗੁਸਲ ਤੋਂ ਬਾਅਦ ਕਿਹੜੀ ਸ਼ੈ ਦੀ ਲੋੜ ਹੁੰਦੀ ਹੈ, ਬੋਲੋ ਮਿੰਬਰ ਦੀ ਕਸਮ ਹੈ ਕਫਨ ਦੀ ਲੋੜ ਹੁੰਦੀ ਹੈ, ਦਾਈ ਦੀ ਆਵਾਜ਼ ਬਿਆਨ ਦੇ ਸਜਾਦ ਕਫਨ ਦੇ, ਮੈਂ ਤੇਰੀ ਮਾਂ ਨੂੰ ਕਫਨ ਪਵਾਵਾ, ਇੱਜ਼ਤ ਵਾਲਿਓ ਜੇ ਸਜਾਦ ਨਹੀਂ ਬੋਲਾ ਯਾ ਮਈਆ ਤਾਂ ਹਲ ਗਈ ਆਏ, ਹੌਲੇ ਹੌਲੇ ਆਵਾਜ਼
ਰੁਪਈਆ ਦੀ ਨਾ ਮੰਗ ਗਫਾਨ ਮੇਰਾ ਸਜਾਦ ਗਰੀਬ ਅੰਮਾ ਗਫਾਨ ਵਸਦੇ ਤੂੰ ਮੰਗੀਦਾ ਅੱਜ ਮੇਰਾ ਵਤਨ ਹੋਵੇ ਅੱਜ ਮੇਰਾ ਅਖਬਾਰ ਹੋਵੇ ਮਿੰਬਰ ਦੀ ਕਸਮੇ ਜਨਾਜ਼ਾ ਤਿਆਰ ਹੋ ਗਿਆ ਤਾਂ ਪਿਓ ਪੁੱਤਰਾਂ ਜਨਾਜ਼ਾ ਜਾਇਆ ਬਿਸਮਿਲ੍ਲਾ ਨਾ ਕਰਾਂ ਨਾ ਮੰਗ ਮੇਰਾ ਸਜਾਦ ਗਰੀਬ ਇੱਜ਼ਤ ਲਿਓ ਜਨਾਜ਼ਾ ਜਾ ਕੇ ਟੁਰਦੇ ਆਉਂਦੇ ਆਏ ਨੀ ਯਾਰਾ ਕਦਮ ਗਿਆ ਐਨ ਯਾ ਨੂਰ ਦੀ ਮਾਰੀ ਲਹਿ ਪਈ ਹੈ ਹੌਲੇ ਹੌਲੇ ਆਵਾਜ਼ ਪਈਆਂ ਦੇ ਸਜਾਦ ਪਾ ਵਛੋੜ ਮੈਂ ਮੁਹੰਮਦ ਵੱਧ ਆਵਾਜ਼ ਆਈਏ ਪਾ ਵਛੋੜ ਮੈਂ ਅਲੀ ਆ ਵੱਧ ਆਵਾਜ਼ ਆਈਏ ਮੈਂ ਹਸਨ ਆ ਗਈ ਆ ਜਿਹੜਾ ਬੰਦਾ ਜਾਈ ਨਹੀਂ ਰੋ ਸਕਿਆ ਮਿੰਬਰ ਦੀ ਕਸਮ ਚੌਥੀ ਅਕਲ ਆਈਏ ਪਾ ਵਛੋੜੋ ਅਮੀਰ ਮੈਂ ਗਰੀਬਾ ਗੁਰਬਤ ਨਾਮ ਆਉਣਾ ਉਸ ਵੇਲੇ ਮਈਆ ਤੇ ਹਲਗੀ ਆਇਆ ਰੋ ਰੋ ਗਿਆ ਦੀ ਪਈ ਹੈ ਰਹੀਆਂ ਬਹਿ ਬਹਿ ਟੁਰਦੀ ਆ ਬਾਜ਼ਾਰਾਂ ਵਿੱਚ ਤੇਰਾ ਪਾਤਰ ਸਜਾ ਅਦੀ ਗਵਾਏ ਰਹੀਆਂ ਪੱਥਰ ਝਲੇ ਦੀ ਸਾਮੀਨ ਮੋਹਤਰਮ ਯੇ ਥੇ ਮਦਾਹ ਆਲੇ ਮੁਹੰਮਦ ਗੁਲਾਮ ਅਬਾਸ ਮੀਸਮ ਤਸ਼ੀਰਾ